ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾਂ ਦੀ ਵਾਰ, ਪੌੜੀ 9-10 ਦੀ ਵਿਆਖਿਆ। ਆਸਾ ਮਹੱਲਾ ਚੌਥਾ, ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ, ਗੁਰ ਸਤਿਗੁਰ ਸੱਚਾ ਸਾਹੋ ਹੈ, ਸਿੱਖ ਦੇ ਹਰ ਰਾਸੇ। ਆਤਮਕ ਜੀਵਨ ਦੇਣ ਵਾਲੀ ਪ੍ਰਭੂ ਭਗਤੀ ਦੇ ਖਜ਼ਾਨੇ ਗੁਰੂ ਸਤਿਗੁਰੂ ਦੇ ਕੋਲ ਹੀ ਹਨ। ਇਸ ਸਦਾ ਥਿਰ ਹਰਿ ਭਗਤੀ ਦੇ ਖਜ਼ਾਨੇ ਦਾ ਸ਼ਾਹੂਕਾਰ ਗੁਰੂ ਸਤਿਗੁਰ ਹੀ ਹੈ। ਉਹ ਆਪਣੇ ਸਿੱਖਾਂ ਨੂੰ ਇਹ ਭਗਤੀ ਸਰਮਾਇਆ ਦਿੰਦਾ ਹੈ। ਧਨ ਧਨ ਵਣਜਾਰਾ ਵਣਜ ਹੈ, ਗੁਰ ਸਾਹੋ ਸਾ ਬਾਸੇ, ਜਨ ਨਾਨਕ ਗੁਰ ਤਿੰਨੀ ਪਾਇਆ, ਜਿਨ ਧੁਰ ਲਿਖਤ ਲੀਲਾਟ ਲਿਖਾ ਸੇ। ਪ੍ਰਭੂ ਭਗਤੀ ਦਾ ਵਣਜ ਸ੍ਰੇਸ਼ਟ ਵਣਜ ਹੈ। ਭਾਗਾਂ ਵਾਲਾ ਹੈ ਉਹ ਮਨੁੱਖ ਜੋ ਇਹ ਵਣਜ ਵਪਾਰ ਕਰਦਾ ਹੈ। ਨਾਮ ਧੰਨ ਦਾ ਸ਼ਾਹ ਗੁਰੂ ਉਸ ਮਨੁੱਖ ਨੂੰ ਸ਼ਾਬਾਸ਼ ਦਿੰਦਾ ਹੈ। ਦਾਸ ਨਾਨਕ ਆਖਦਾ ਹੈ, ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਇਸ ਸਰਮਾਏ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੈ, ਉਹਨਾਂ ਨੂੰ ਹੀ ਮਿਲਦਾ ਹੈ। ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ। ਜੇ ਇਤਨੀਆਂ ਪੋਥੀਆਂ ਪੜ ਲਈਏ ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ, ਜੇ ਇਤਨੀਆਂ ਪੁਸਤਕਾਂ ਪੜ ਲਈਏ ਜਿਨ੍ਹਾਂ ਨਾਲ ਇੱਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ। ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰ ਜਾ, ਪੜੀਐ ਜੇਤੇ ਸਾਸ। ਜੇ ਪੜ ਪੜ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ ਪੜ ਕੇ ਸਾਲ ਦੇ ਸਾਰੇ ਮਹੀਨੇ ਬਿਤਾ ਦਿੱਤੇ ਜਾਣ, ਜੇ ਪੁਸਤਕਾਂ ਪੜ ਪੜ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ ਪੜ ਕੇ ਉਮਰ ਦੇ ਸਾਰੇ ਸਵਾਸ ਬਿਤਾਏ ਜਾਣ, ਤਾਂ ਵੀ ਰੱਬ ਦੀ ਦਰਗਾਹ ਵਿੱਚ ਇਸ ਵਿੱਚੋਂ ਕੁਝ ਵੀ ਪ੍ਰਵਾਨ ਨਹੀਂ ਹੁੰਦਾ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚੱਖਣਾ ਚਾਖ। ਹੇ ਨਾਨਕ, ਪ੍ਰਭੂ ਦੀ ਦਰਗਾਹ ਵਿੱਚ ਕੇਵਲ ਪ੍ਰਭੂ ਦੀ ਸਿਫਤ ਸਲਾਹ ਕਬੂਲ ਪੈਂਦੀ ਹੈ। ਪ੍ਰਭੂ ਦੀ ਵਡਿਆਈ ਤੋਂ ਬਿਨਾਂ ਕੋਈ ਹੋਰ ਉਦਮ ਕਰਨਾ ਆਪਣੀ ਹਉਮੈ ਦੇ ਵਿੱਚ ਹੀ ਭਟਕਦੇ ਫਿਰਨਾ ਹੈ। ਮੱਲਾ ਪਹਿਲਾ। ਲਿਖ ਲਿਖ ਪੜੀਐ, ਲਿਖ ਲਿਖ ਪੜਿਆ ਤੇਤਾ ਕੜਿਆ। ਜਿਤਨਾ ਕੋਈ ਮਨੁੱਖ ਕੋਈ ਵਿੱਦਿਆ ਲਿਖਣੀ ਪੜ੍ਹਨੀ ਜਾਣਦਾ ਹੈ, ਉਤਨਾ ਹੀ ਉਸਨੂੰ ਆਪਣੀ ਵਿੱਦਿਆ ਦਾ ਮਾਣ ਹੈ। ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪ੍ਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ। ਬਹੁ ਤੀਰਥ ਭਵਿਆ ਤੇ ਤੋ ਲਵਿਆ। ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤਰਾ ਕਰਦਾ ਹੈ, ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ ਯਾਤਰਾ ਵੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹੋ ਵੈ ਜੀਆ ਆਪਣਾ ਕੀਆ। ਕਿਸੇ ਨੇ ਲੋਕਾਂ ਨੂੰ ਪਤਿਆਉਣ ਵਾਸਤੇ ਧਰਮ ਦੇ ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ। ਉਸ ਨੂੰ ਵੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ ਆਪਣੇ ਕੀਤੇ ਦਾ ਦੁੱਖ ਸਹਾਰ ਭਾਵ ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਵੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ। ਅੰਨ ਨ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਹੋਰ ਤੱਕੋ, ਜਿਸਨੇ ਅੰਨ ਛੱਡਿਆ ਹੋਇਆ ਹੈ, ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ ਉਸਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ।
ਉਸਨੇ ਵੀ ਆਪਣੀ ਜ਼ਿੰਦਗੀ ਤਲਖ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ। ਬਸਤਰ ਨਾ ਪਹਿਰੇ ਅਹਿਨਸ ਕਹਿਰੇ, ਮੋਨ ਵੀ ਗੁੱਤਾ ਕਿਉਂ ਜਾਗੇ ਗੁਰਬਿਨ ਸੁੱਤਾ। ਕੱਪੜੇ ਨਹੀਂ ਪਾਉਂਦਾ ਅਤੇ ਦਿਨ ਰਾਤ ਔਖਾ ਹੋ ਰਿਹਾ ਹੈ। ਇਕਲ ਵਾਂਝੇ ਚੁੱਪ ਵੱਟ ਕੇ ਅਸਲੀ ਰਾਹ ਤੋਂ ਪੁੰਝਿਆ ਹੋਇਆ ਹੈ। ਭਲਾ ਦੱਸੋ, ਮਾਇਆ ਦੀ ਨੀਂਦਰ ਵਿੱਚ ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾਂ ਕਿਵੇਂ ਜਾਗ ਸਕਦਾ ਹੈ? ਪਗ ਉਪੇਤਾਣਾ ਆਪਣਾ ਕੀ ਕਮਾਣਾ, ਇੱਕ ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਸੁੱਚਾ ਚੰਗਾ ਭੋਜਨ ਛੱਡ ਕੇ ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿੱਚ ਸਵਾਹ ਪਾ ਰੱਖੀ ਹੈ। ਅਗਿਆਨੀ ਮੂਰਖ ਨੇ ਇਸ ਤਰ੍ਹਾਂ ਆਪਣੀ ਪਤ ਗਵਾ ਲਈ ਹੈ। ਵਿਣ ਨਾਵੇ ਕਿਛ ਥਾਏ ਨਾ ਪਾਈ, ਰਹੇ ਬਿਬਾਣੀ ਮੜੀ ਮਸਾਣੀ। ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਉਦਮ ਪ੍ਰਵਾਨ ਨਹੀਂ ਹੈ। ਉਜਾੜਾ ਵਿੱਚ ਮੜੀਆਂ ਵਿੱਚ ਮਸਾਣਾਂ ਵਿੱਚ ਜਾ ਰਹਿੰਦਾ ਹੈ। ਅੰਧ ਨਾ ਜਾਣੇ ਫਿਰ ਪਛਤਾਣੀ, ਅੰਨਾ ਮੂਰਖ ਰੱਬ ਵਾਲਾ ਰਸਤਾ ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਉਂਦਾ ਹੈ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ ਅਸਲੀ ਸੁੱਖ ਉਹੀ ਮਾਣਦਾ ਹੈ। ਉਹ ਵਡਭਾਗੀ ਰੱਬ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਹਿ ਕੇਵਲ, ਹਉ ਮੈਂ ਸ਼ਬਦ ਜਲਾਏ। ਪਰ ਹੇ ਨਾਨਕ, ਗੁਰੂ ਵੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾ ਤਾਰ ਮਿਹਰ ਦੀ ਨਜ਼ਰ ਕਰਦਾ ਹੈ। ਉਸ ਸੰਸਾਰ ਦੀਆਂ ਆਸਾਂ ਤੇ ਫਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦਿੰਦਾ ਹੈ। ਪੌੜੀ ਭਗਤ ਤੇਰੇ ਮਨ ਭਾਵ ਦੇ, ਦਰ ਸੋਹਨ ਕੀਰਤ ਗਾਵ ਦੇ। ਨਾਨਕ ਕਰਮਾ ਬਾਹਰੇ, ਦਰ ਢੋ ਨ ਲਹਿਣੀ ਧਾਵ ਦੇ। ਹੇ ਪ੍ਰਭੂ, ਤੈਨੂੰ ਆਪਣੇ ਮਨ ਵਿੱਚ ਭਗਤ ਪਿਆਰੇ ਲੱਗਦੇ ਹਨ ਜੋ ਤੇਰੀ ਸਿਫਤ ਸਲਾਹ ਕਰ ਰਹੇ ਹਨ ਤੇ ਤੇਰੇ ਦਰ ਤੇ ਸੋਭਾ ਹੋ ਰਹੀ ਹੈ ਤੇ ਤੇਰੇ ਦਰ ਉੱਤੇ ਸੋਭ ਰਹੇ ਹਨ। ਹੇ ਨਾਨਕ, ਭਾਵਹੀਨ ਮਨੁੱਖ ਭਟਕਦੇ ਫਿਰਦੇ ਹਨ, ਉਹਨਾਂ ਨੂੰ ਪ੍ਰਭੂ ਦੇ ਦਰ ਤੇ ਥਾਂ ਨਹੀਂ ਮਿਲਦੀ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਦਾ ਆਪ ਗਣਾਏ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। ਕਿਉਂਕਿ ਇਹ ਵਿਚਾਰੇ ਆਪਣੇ ਅਸਲੇ ਨੂੰ ਨਹੀਂ ਸਮਝਦੇ। ਰੱਬੀ ਗੁਣ ਦੀ ਪੂੰਜੀ ਆਪਣੇ ਅੰਦਰ ਹੋਣ ਤੋਂ ਬਿਨਾਂ ਹੀ ਆਪਣੇ ਆਪ ਨੂੰ ਵੱਡਾ ਜਤਲਾਉਂਦੇ ਹਨ। ਹੇ ਪ੍ਰਭੂ, ਮੈਂ ਨੀਵੀਂ ਜਾਤ ਵਾਲਾ ਤੇਰੇ ਦਰ ਦਾ ਇੱਕ ਮਾੜਾ ਜਿਹਾ ਢਾਡੀ ਹਾਂ। ਹੋਰ ਲੋਕ ਆਪਣੇ ਆਪ ਨੂੰ ਉੱਤਮ ਜਾਤ ਵਾਲੇ ਅਖਵਾਉਂਦੇ ਹਨ। ਤਿੰਨ ਮੰਗਾ ਜੇ ਤੁਝੇ ਧਿਆਏ ਦੇ, ਤਿੰਨ ਮੰਗਾਂ ਜੇ ਤੁਝੇ ਧਿਆਏ ਦੇ, ਜੋ ਤੇਰਾ ਭਜਨ ਕਰਦੇ ਹਨ ਮੈਂ ਉਹਨਾਂ ਪਾਸੋਂ ਤੇਰਾ ਨਾਮ ਮੰਗਦਾ ਹਾਂ। ਸੱਚ ਸ਼ਾਹੋ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ। ਸਭ ਭਾਂਡੇ ਤੂੰ ਦੇ ਸਾਜਿਆ, ਵਿੱਚ ਵਸਤ ਹਰ ਥਾਰਾ। ਹੇ ਪ੍ਰਭੂ, ਤੂੰ ਸਾਡਾ ਮਾਲਕ ਹੈ, ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈ। ਤੇਰਾ ਪੈਦਾ ਕੀਤਾ ਹੋਇਆ ਇਹ ਸਾਰਾ ਜਗਤ ਇੱਥੇ ਤੇਰੇ ਦਿੱਤੇ ਨਾਮ ਸਰਮਾਏ ਨਾਲ ਨਾਮ ਦਾ ਵਣਜ ਕਰਨ ਆਇਆ ਹੈ। ਹੇ ਪ੍ਰਭੂ, ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ। ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ ਵਸਤ ਮੌਜੂਦ ਹੈ। ਜੋ ਪਾਵੈ ਭਾਂਡੇ ਵਿੱਚ ਵਸਤ, ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ।
ਜਨ ਨਾਨਕ ਕਉ ਹਰ ਬਖਸਿਆ ਹਰ ਭਗਤ ਭੰਡਾਰਾ। ਕੋਈ ਵਿਚਾਰਾ ਜੀਵ ਆਪਣੇ ਉਦਮ ਨਾਲ ਕੁਝ ਵੀ ਨਹੀਂ ਕਰ ਸਕਦਾ। ਜਿਹੜਾ ਕੋਈ ਗੁਣ ਔਗੁਣ ਪਦਾਰਥ ਤੂੰ ਇਹਨਾਂ ਸਰੀਰਾਂ ਵਿੱਚ ਪਾਉਂਦਾ ਹੈ ਉਹੀ ਉਗੜਦਾ ਹੈ। ਹੇ ਹਰੀ, ਆਪਣੇ ਦਾਸ ਨਾਨਕ ਨੂੰ ਵੀ ਤੂੰ ਹੀ ਮਿਹਰ ਕਰਕੇ ਆਪਣੀ ਭਗਤੀ ਦਾ ਖਜ਼ਾਨਾ ਬਖਸ਼ਿਆ ਹੈ। ਸਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਇਹ ਸਾਰਾ ਜਗਤ ਛਲ ਰੂਪ ਹੈ, ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ। ਇਸ ਵਿੱਚ ਕੋਈ ਰਾਜਾ ਤੇ ਕੋਈ ਲੋਕ ਪਰਜਾ ਹਨ। ਇਹ ਵੀ ਮਦਾਰੀ ਦੇ ਰੁਪਏ ਤੇ ਖੋਪੇ ਆਦਿਕ ਖਾਣ ਵਾਂਗ ਛਲ ਹੀ ਹਨ। ਇਸ ਜਗਤ ਵਿੱਚ ਕਿਤੇ ਇਹਨਾਂ ਰਾਜਿਆਂ ਦੇ ਸ਼ਾਮਿਆਨੇ ਤੇ ਮਹਿਲ ਮਾੜੀਆਂ ਹਨ, ਇਹ ਵੀ ਛਲ ਰੂਪ ਹਨ ਤੇ ਇਹਨਾਂ ਵਿੱਚ ਵਸਣ ਵਾਲਾ ਰਾਜਾ ਵੀ ਛਲ ਹੀ ਹੈ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਸੋਨਾ ਚਾਂਦੀ ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਵੀ ਭਰਮ ਰੂਪ ਹੀ ਹਨ। ਇਹ ਸਰੀਰਕ ਆਕਾਰ, ਸੋਹਣੇ ਸੋਹਣੇ ਕੱਪੜੇ ਅਤੇ ਸਰੀਰਾਂ ਦਾ ਬੇਅੰਤ ਸੋਹਣਾ ਰੂਪ, ਇਹ ਵੀ ਸਾਰੇ ਛਲ ਹੀ ਹਨ। ਪ੍ਰਭੂ ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖੁਸ਼ ਕਰਨ ਵਾਸਤੇ ਵਿਖਾ ਰਿਹਾ ਹੈ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ। ਪ੍ਰਭੂ ਨੇ ਕਿਤੇ ਮਨੁੱਖ ਬਣਾ ਦਿੱਤੇ ਕਿਤੇ ਇਸਤਰੀਆਂ, ਇਹ ਸਾਰੇ ਵੀ ਛਲ ਰੂਪ ਹਨ। ਜੋ ਇਸ ਇਸਤਰੀ ਮਰਦ ਵਾਲੇ ਸੰਬੰਧ ਰੂਪ ਛਲ ਵਿੱਚ ਖਚਿਤ ਹੋ ਕੇ ਖੁਆਰ ਹੋ ਰਹੇ ਹਨ, ਇਸ ਦ੍ਰਿਸ਼ਟਮਾਨ ਛਲ ਵਿੱਚ ਫਸੇ ਹੋਏ ਜੀਵ ਦਾ ਛਲ ਵਿੱਚ ਮੋਹ ਪੈ ਗਿਆ ਹੈ। ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਇਸ ਨੂੰ ਯਾਦ ਨਹੀਂ ਰਿਹਾ ਕਿ ਸਾਰਾ ਜਗਤ ਨਾਸਵੰਤ ਹੈ, ਕਿਸੇ ਨਾਲ ਵੀ ਮੋਹ ਨਹੀਂ ਪਾਉਣਾ ਚਾਹੀਦਾ। ਇਹ ਸਾਰਾ ਜਗਤ ਹੈ ਤਾਂ ਛਲ, ਪਰ ਇਹ ਛਲ ਸਾਰੇ ਜੀਵਾਂ ਨੂੰ ਪਿਆਰਾ ਲੱਗ ਰਿਹਾ ਹੈ, ਸ਼ਹਿਦ ਵਾਂਗ ਮਿੱਠਾ ਲੱਗਦਾ ਹੈ। ਇਸ ਤਰ੍ਹਾਂ ਇਹ ਛਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ। ਹੇ ਪ੍ਰਭੂ, ਨਾਨਕ ਤੇਰੇ ਅੱਗੇ ਅਰਜ ਕਰਦਾ ਹੈ ਕਿ ਤੇਥੋਂ ਬਿਨਾਂ ਇਹ ਜਗਤ ਛਲ ਹੈ। ਮੱਲਾ ਪਹਿਲਾ। ਸੱਚ ਤਾ ਪਰ ਜਾਣੀਏ ਜਾ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਜਗਤ ਰੂਪ ਛਲ ਵੱਲੋਂ ਵਾਸ਼ਨਾ ਪਰਤ ਕੇ ਜਗਤ ਦੇ ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ ਅਸਲੀਅਤ ਦਾ ਮਾਲਕ ਰੱਬ ਮਨੁੱਖ ਦੇ ਹਿਰਦੇ ਵਿੱਚ ਟਿਕ ਜਾਏ। ਤਦੋਂ ਮਾਇਆ ਛਲ ਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ, ਫਿਰ ਮਨ ਦੇ ਨਾਲ ਸਰੀਰ ਵੀ ਸੁੰਦਰ ਹੋ ਜਾਂਦਾ ਹੈ। ਸਰੀਰਕ ਇੰਦਰੇ ਵੀ ਗੰਦੇ ਪਾਸੇ ਵੱਲੋਂ ਹਟ ਜਾਂਦੇ ਹਨ, ਮਾਨੋ ਸਰੀਰ ਧੁੱਪ ਕੇ ਸਾਫ਼ ਹੋ ਜਾਂਦਾ ਹੈ। ਸੱਚ ਤਾ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾ ਸੁਣ ਮਨ ਰਹਸੀਏ ਤਾਂ ਪਾਏ ਮੁਖ ਦੁਆਰ। ਮਾਇਆ ਛਲ ਵੱਲੋਂ ਮਨ ਦੇ ਫੁਰਨੇ ਹਟ ਕੇ ਕੁਦਰਤ ਦੇ ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦ ਮਨੁੱਖ ਉਸ ਅਸਲੇ ਵਿੱਚ ਮਨ ਜੋੜਦਾ ਹੈ। ਤਦੋਂ ਉਸ ਅਸਲੀਅਤ ਵਾਲੇ ਦਾ ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ।
ਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ ਜਦੋਂ ਮਨੁੱਖ ਰੱਬੀ ਜੀਵਨ ਗੁਜ਼ਾਰਨ ਦੀ ਯੁਗਤੀ ਜਾਣਦਾ ਹੋਵੇ, ਭਾਵ ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿੱਚ ਪ੍ਰਭੂ ਦਾ ਨਾਮ ਬੀਜ ਦੇਵੇ। ਸੱਚ ਤਾ ਪਰ ਜਾਣੀਏ ਜਾ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਦੀ ਪਰਖ ਤਦੋਂ ਹੁੰਦੀ ਹੈ ਜਦੋਂ ਸੱਚੀ ਸਿੱਖਿਆ ਗੁਰੂ ਪਾਸੋਂ ਲੈ ਅਤੇ ਉਸ ਸਿੱਖਿਆ ਉੱਤੇ ਚੱਲ ਕੇ ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖੇ ਤੇ ਲੋੜਵੰਦਾਂ ਨੂੰ ਕੁਝ ਦਾਨ ਪੁੰਨ ਕਰੇ। ਸੱਚ ਤਾ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਉਸ ਧੁਰ ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ, ਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਉਹਨਾਂ ਮਨੁੱਖਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, ਕਿਉਂਕਿ ਉਹ ਸਾਰੇ ਵਿਕਾਰਾਂ ਨੂੰ ਉਸ ਹਿਰਦੇ ਵਿੱਚੋਂ ਧੋ ਕੇ ਕੱਢ ਦਿੰਦਾ ਹੈ ਜਿੱਥੇ ਉਹ ਵਸ ਰਿਹਾ ਹੈ। ਨਾਨਕ ਅਰਜ ਕਰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ। ਪੌੜੀ ਦਾਨ ਮਹਿੰਦਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਖ ਧਿਆਈਏ। ਮੇਰਾ ਇਹ ਚਿੱਤ ਕਰਦਾ ਹੈ ਕਿ ਮੈਨੂੰ ਸੰਤਾਂ ਦੇ ਪੈਰਾਂ ਦੀ ਖਾਕ ਦਾ ਦਾਨ ਮਿਲੇ, ਜੇ ਇਹ ਦਾਨ ਮਿਲ ਜਾਏ ਤਾਂ ਮੱਥੇ ਉੱਤੇ ਲਾਣੀ ਚਾਹੀਦੀ ਹੈ। ਹੋਰ ਲਾਲਚ ਜੋ ਮਾਇਆ ਦੇ ਜਾਲ ਵਿੱਚ ਹੀ ਫਸਾਉਂਦਾ ਹੈ ਛੱਡ ਦੇਣਾ ਚਾਹੀਦਾ ਹੈ ਅਤੇ ਮਨ ਨੂੰ ਕੇਵਲ ਪ੍ਰਭੂ ਵਿੱਚ ਜੋੜ ਕੇ ਉਸਦੀ ਭਗਤੀ ਕਰਨੀ ਚਾਹੀਦੀ ਹੈ। ਫਲ ਤੇ ਵੇਹੋ ਪਾਈਐ, ਜੇ ਵੇਹੀ ਘਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ। ਕਿਉਂਕਿ ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਹੈ ਉਹੋ ਜਿਹਾ ਉਸਨੂੰ ਫਲ ਮਿਲ ਜਾਂਦਾ ਹੈ, ਪਰ ਸੰਤ ਜਿਨ੍ਹਾਂ ਦੇ ਪੈਰਾਂ ਦੀ ਖਾਕ ਤਾਂ ਹੀ ਮਿਲਦੀ ਹੈ ਜੇ ਚੰਗੇ ਭਾਗ ਹੋਣ। ਮਤ ਥੋੜੀ ਸੇਵ ਗਵਾਈਐ, ਮਤ ਥੋੜੀ ਸੇਵ ਗਵਾਈਐ। ਗੁਰਮੁਖਾਂ ਦਾ ਆਸਰਾ ਪਰਨਾ ਛੱਡ ਕੇ ਜੇ ਆਪਣੀ ਹੋਸ਼ੀ ਜਿਹੀ ਮਤ ਦੀ ਟੇਕ ਰੱਖੀਏ ਤਾਂ ਇਸ ਦੇ ਆਸਰੇ ਕੀਤੀ ਹੋਈ ਘਾਲ ਕਮਾਈ ਵਿਅਰਥ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।